ਤਸ਼ੱਦਦ ਹੁੰਦਾ ਆ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ, ਜਿਹੜੀ ਹਰਾਸਮੈਂਟ ਹੁੰਦੀ ਹੈ ਉਹ ਉਸ ਤਰ੍ਹਾਂ ਹੀ। ਤੇ ਸਾਡੀ ਖੁਸ਼ਕਿਸਮਤੀ ਹੈ ਕਿ ਵੀ ਜਦੋਂ ਇਮੀਗ੍ਰੇਸ਼ਨ ਰੈਫਿਊਜੀ ਬੋਰਡ ਦੇ ਸਾਹਮਣੇ ਕੋਈ ਪੰਜਾਬ ਸੰਬੰਧੀ ਕੇਸ ਆਉਂਦਾ ਹੈ ਤਾਂ ਜਾਣਕਾਰੀ ਲੈਣ ਵਾਸਤੇ ਉਹ ਡਬਲਿਊ ਸਾਨੂੰ ਕੰਸਲਟ ਕਰਦੇ ਆ। ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਦੋਂ ਜਾਂਦੇ ਹੋ ਉਹਨਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ ਪੰਜਾਬ ਬਾਰੇ, ਸਿੱਖ ਸੰਸਥਾਵਾਂ ਬਾਰੇ। ਤੇ ਜਦੋਂ ਵੀ ਤੁਸੀਂ ਉਹਨਾਂ ਦੀ ਰਿਪੋਰਟ ਦੇਖੋਗੇ ਪਿਛਲੇ ਕਈ ਸਾਲਾਂ ਤੋਂ ਹਜੇ ਤੱਕ ਵੀ, ਮਤਲਬ ਇਸ ਸਾਲ ਤੱਕ ਵੀ ਉਹ ਕੰਸਲਟ ਕਰ ਰਹੇ ਨੇ। ਸਾਡੀ ਸੰਸਥਾ ਡਬਲਿਊ ਦਾ ਨਾਂ ਉਸਦੇ ਥੱਲੇ ਲਿਖਿਆ ਹੋਊਗਾ ਕਿ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ। ਪੂਰੀ ਰਿਪੋਰਟ ਬਣਾ ਕੇ ਪੂਰੀ ਖੋਜ ਕਰਕੇ ਉਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਕਿ ਵੀ ਉਹਨਾਂ ਦੇ ਸਵਾਲ ਦਾ ਜਵਾਬ ਕੀ ਹੈ। NHL Hockey Arenas. When the NHL brought in new airport-style security for arenas, we began to work with each individual arena across Canada because there's not one management or one rule that applies to all of them. So we had the opportunity to work with every single arena across Canada and get an accommodation for the Gurbaan so that no sick spectator could be turned away. And finally, Quebec National Assembly. 2011 ਦੇ ਵਿੱਚ ਕੁਬੈਕ ਨੈਸ਼ਨਲ ਅਸੈਂਬਲੀ ਨੇ ਸਾਨੂੰ ਉੱਥੇ ਇਨਵਾਈਟ ਕੀਤਾ ਕਿ ਉਹਨਾਂ ਦਾ ਇੱਕ ਬਿੱਲ ਸੀਗਾ ਉਸ ਬਾਰੇ ਕਮੈਂਟ ਕਰ ਦਿੱਤਾ। ਸਾਨੂੰ ਸੱਦਾ ਭੇਜਿਆ ਅਤੇ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਕਿਹਾ ਗਿਆ ਕਿ ਵੀ ਤੁਸੀਂ ਕਿਰਪਾਨ ਪਾ ਕੇ ਆਏ ਹੋ, ਤੁਸੀਂ ਇੱਥੋਂ ਮੁੜ ਜਾਓ ਜਾਂ ਫਿਰ ਕਿਰਪਾਨ ਲਾ ਕੇ ਅੰਦਰ ਆਏ। ਇਹ ਕੇਸ ਅੱਜ ਕਿੱਥੇ ਪਹੁੰਚਿਆ, ਕੁਬੈਕ ਕੋਰਟ ਆਫ ਅਪੀਲ ਤੱਕ ਪਹੁੰਚ ਚੁੱਕਿਆ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਵੀ ਇਹ ਸੁਪਰੀਮ ਕੋਰਟ ਆਫ ਕੈਨੇਡਾ ਤੱਕ ਵੀ ਜਾ ਸਕਦਾ। ਇਹ ਕੇਸ ਬੜਾ ਜ਼ਰੂਰੀ ਹੈ ਕਿ ਵੀ ਉਹ ਕੁਬੈਕ ਨੈਸ਼ਨਲ ਅਸੈਂਬਲੀ ਇਹ ਕਹਿ ਰਹੀ ਕਿ ਵੀ ਚਾਰਟਰ ਜਿਹੜਾ ਆ ਜਿਸ ਦੇ ਥੱਲੇ ਸਾਡੇ ਸਾਰੇ ਹੱਕ ਉਹ ਚਲਾਕਵੇਂ ਕੀਤੇ ਗਏ ਨੇ, ਵੀ ਉਹ ਤਾਂ ਹੀ ਨਹੀਂ ਕਰਦਾ ਸਾਡੇ 'ਤੇ ਕਿ ਅਸੀਂ ਕਹਿ ਸਕਦੇ ਹਾਂ ਕਿ ਵੀ ਸਾਡੇ ਅਸੈਂਬਲੀ ਦੇ ਵਿੱਚ ਕੌਣ ਆ ਸਕਦਾ ਅਤੇ ਕੌਣ ਜਾ ਸਕਦਾ। ਅਤੇ ਸਾਡੀ ਇਹ ਦਲੀਲ ਆ ਕਿ ਵੀ ਤੁਸੀਂ ਇਹ ਤਾਂ ਕਹਿ ਸਕਦੇ ਕੌਣ ਆ ਸਕਦਾ ਅਤੇ ਕੌਣ ਜਾ ਸਕਦਾ, ਪਰ ਕਿਸੇ ਧਰਮ 'ਤੇ ਪਾਬੰਦੀ ਲਾਉਣ ਦਾ ਤੁਹਾਡੇ ਕੋਲ ਹੱਕ ਨਹੀਂ ਹੈਗਾ ਕਿਉਂਕਿ ਤੁਸੀਂ ਆਪ ਸਾਨੂੰ ਉੱਥੇ ਬੁਲਾਇਆ। ਅਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਵੀ ਕਿਰਪਾਨ ਨੂੰ ਅਸੀਂ ਬੈਨ ਕੀਤਾ ਆ ਉਹ ਵੀ ਕਿਸੇ ਰੀਜ਼ਨ ਤੋਂ ਬਿਨਾਂ, ਅਤੇ ਕੱਲ੍ਹ ਤੁਸੀਂ ਕਹਿ ਦਿਓ ਕਿ ਫਲਾਣਾ ਬੰਦਾ ਵੀ ਬੈਨ ਆ ਅਤੇ ਇਸ ਰਸਮ ਦੇ ਬੰਦੇ ਬੈਨ ਨੇ, ਉਸ ਰਸਮ ਦੇ ਬੰਦੇ ਬੈਨ ਨੇ, ਕਿ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ। ਇਹ ਕੇਸ ਵਿੱਚ ਸਾਨੂੰ ਪੂਰੀ ਉਮੀਦ ਆ ਕਿ ਕਮਿਊਨਿਟੀ ਸਪੋਰਟ ਦੀ ਪੂਰੀ ਪੂਰੀ ਲੋੜ ਹੈ ਸਾਨੂੰ, ਅਤੇ ਉਹ ਸਾਨੂੰ ਮਦਦ ਜ਼ਰੂਰ ਕਰਨਗੇ। ਇੱਕ ਖਾਸ ਸਾਡੀ ਜਿੱਤ, ਇੱਕ ਸਾਹ, ਇੱਕ ਖਾਸ ਵਿਕਟਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵੀ ਹਰੇਕ ਚੀਜ਼ ਦਾ ਹੱਲ ਕੇਸ ਜਾਂ ਮੁਜ਼ਾਹਰਾ ਇਹ ਨਹੀਂ ਹੁੰਦਾ। ਜਿਊਸ਼ ਕਮਿਊਨਿਟੀ ਤੋਂ ਮੈਂ ਇੱਕ ਵਾਰ ਇੱਕ ਚੀਜ਼ ਸੁਣੀ ਸੀ ਜਿਹੜੀ ਮੈਨੂੰ ਬੜੀ ਸਿਆਣੀ ਲੱਗੀ। ਕਹਿੰਦੇ ਕਿ ਵੀ ਜਿੱਦਾਂ ਕਮਿਊਨਿਟੀ ਹੁੰਦੀ ਆ ਨਾ ਉਹ ਵੱਧਦੀ ਫੁੱਲਦੀ ਆ, ਉਹਦੇ ਕੰਮ ਕਰਨ ਦੇ ਤਰੀਕੇ ਚੇਂਜ ਹੁੰਦੇ ਰਹਿੰਦੇ ਆ। ਜਦੋਂ ਉੱਥੇ ਕੋਈ ਕਮਿਊਨਿਟੀ ਪਹੁੰਚਦੀ ਆ ਕਹਿੰਦੇ ਉਹ ਮੁਜ਼ਾਹਰੇ ਕਰਦੇ ਨੇ ਕਿ ਵੀ ਕੋਈ ਇਸ਼ੂ ਆਉਂਦਾ ਆ ਸੜਕਾਂ ਦੇ ਉੱਤਰ ਆਉਂਦੇ ਨੇ ਕਿ ਵੀ ਸਾਡੀ ਆਵਾਜ਼ ਸੁਣੋ। ਥੋੜ੍ਹੀ ਜਿਹੀ ਇੱਥੇ ਹੋਰ ਡਿਵੈਲਪ ਹੁੰਦੀ ਹੈ ਅਤੇ ਮੈਨੂੰ ਕੋਟਾ ਜਾਣ ਲੱਗ ਪੈਂਦੀ ਹੈ ਕਿਉਂਕਿ ਕੋਟਾ ਦੇ ਵਿੱਚ ਦਲੀਲ ਦੇ ਕੇ ਉਹ ਆਪਣਾ ਹਾਲ ਕੱਢ ਲੈਂਦੇ। ਅਤੇ ਜਦੋਂ ਪੂਰੀ ਤਰ੍ਹਾਂ ਇੱਕ ਮਚਿਓਰ ਕਮਿਊਨਿਟੀ ਹੋ ਜਾਂਦੀ ਹੈ ਨਾ ਅਤੇ ਨਾ ਉਹਨਾਂ ਨੂੰ ਮੁਜ਼ਾਹਰੇ ਵਾਲੇ ਕਰਨ ਦੀ ਲੋੜ ਹੁੰਦੀ ਹੈ ਅਤੇ ਕੇਸ ਵੀ ਉਹਨਾਂ ਦੇ ਘੱਟ ਜਾਂਦੇ ਨੇ, ਉਹ ਸਿੱਧਾ ਨਾ ਟੋਪ ਲੈਵਲ ਜਿਹੜਾ ਕ੍ਰਿਟੀਕਲ ਲੈਵਲ ਹੁੰਦਾ ਆ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਹੱਲ ਕੱਢ ਲੈਂਦੇ। ਅਤੇ ਇਹ ਜਿਹੜੀ ਐਗਜ਼ਾਮਪਲ ਆਪਾਂ ਕੈਟਸਾਂ ਦੀ ਕਹਿ ਸਕਦੇ ਹਾਂ ਨਾ ਉਸ ਦਾ ਇੱਕ ਨਮੂਨਾ ਹੈ ਕਿ ਅਪ੍ਰੈਲ 2015 ਦੇ ਵਿੱਚ ਇਹ ਲਾਗੂ ਕੀਤਾ ਗਿਆ ਕਿ ਜਿਹੜਾ ਵੀ ਦਸਤਾਰ ਪਹਿਨ ਕੇ ਏਅਰਪੋਰਟ ਜਾਊਗਾ ਉਹ ਆਪਣੀ ਦਸਤਾਰ ਨੂੰ ਇਸ ਤਰ੍ਹਾਂ ਕਰਕੇ ਐਕਸਪਲੋਸਿਵ ਬੰਬ ਵਾਸਤੇ ਟੈਸਟ ਕਰਾਉਣਾ ਪਊਗਾ ਬਿਨਾਂ ਕਿਸੇ ਮਤਲਬ ਤੋਂ। ਤੇ ਇਸ ਦੇ ਪਿੱਛੇ ਅਸੀਂ ਕੰਮ ਕਰਦੇ ਨੇ 2 ਮਹੀਨੇ। ਜਦੋਂ ਸਾਡੀ ਪ੍ਰੈਸ ਰਿਲੀਜ਼ ਨਿਕਲੀ ਉਸੇ ਦਿਨ ਸਵੇਰੇ ਪ੍ਰੈਸ ਰਿਲੀਜ਼ ਨਿਕਲੀ ਹੈ ਤੇ ਸ਼ਾਮ ਨੂੰ ਉਹ ਪਾਲਿਸੀ ਖਤਮ ਕੀਤੀ ਜਾਂਦੀ ਹੈ। ਸਰਕਾਰ ਨੂੰ ਇਹ ਸਮਝ ਲੱਗ ਗਈ ਕਿ ਵੀ ਇਹ ਬਿਲਕੁਲ ਗਲਤ ਹੋਇਆ ਸਾਡੇ ਤੋਂ ਤੇ ਜ਼ਿਆਦਾ ਪਬਲਿਕ ਹੋ ਗਿਆ ਤਾਂ ਸਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਹੋ ਗਈ। ਸੋ ਇੱਕ ਦਿਨ ਦੇ ਵਿੱਚ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਦਾ ਹੱਲ ਹੋ ਗਿਆ ਤੇ ਮੀਡੀਆ ਨੇ ਵੀ ਬਹੁਤ ਸੋਹਣੇ ਤਰੀਕੇ ਇਸ ਤਰ੍ਹਾਂ ਇਸ ਨੂੰ ਕਵਰ ਕੀਤਾ। ਲੈਸਨ ਨੋ, ਸੋ ਜਿਹੜੀਆਂ ਚੀਜ਼ਾਂ ਬਾਰੇ ਅਸੀਂ ਰੌਲਾ ਨਹੀਂ ਪਾਇਆ ਪਰ ਸਾਡੇ ਤੋਂ ਇਹ ਕੰਮ ਹੋਏ ਨੇ ਜਿਹੜੇ ਪਹਿਲੀ ਵਾਰ ਸ਼ਾਇਦ ਤੁਹਾਡੇ ਨਾਲ ਸਾਂਝੇ ਹੋਣਗੇ। ਮੌਂਟਰੀਆਲ ਦੇ ਵਿੱਚ ਇੱਕ ਅਮਿਊਜ਼ਮੈਂਟ ਪਾਰਕ ਰਾਈਡਾਂ ਉੱਥੇ ਕਿਰਪਾਨ ਨੂੰ ਇਜਾਜ਼ਤ ਦਿਵਾਉਣੀ। ਟੋਰਾਂਟੋ ਪੁਲਿਸ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਨਵਾਂ ਭਰਤੀ ਹੋਇਆ ਮੁੰਡਾ ਕਿ ਉਹ ਕਹਿੰਦਾ ਮੈਂ ਗਮਾਲਾ 'ਚ ਜਾਣਾ ਅਤੇ ਦਾੜੀ ਖੁੱਲ੍ਹੀ ਰੱਖਣੀ ਕਿ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ। ਉਹਨਾਂ ਨਾਲ ਅਸੀਂ ਕੰਮ ਕਰਕੇ ਇੱਕ ਨਵਾਂ ਯੂਨੀਫੋਰਮ ਦਾ ਇੱਕ ਗਾਈਡਲਾਈਨ ਬਣਾਇਆ ਅਤੇ ਅੱਜ ਸ਼ਾਨਦਾਰ ਤਰੀਕੇ ਨਾਲ ਸਾਡਾ ਇੱਕ ਗੁਰਸਿੱਖ ਵੀਰ ਅੰਮ੍ਰਿਤਪਾਲ ਸਿੰਘ ਉਹਦਾ ਨਾਮ ਉਹ ਅੱਜ
the Sikhs in a certain province in Afghanistan were reaching out for help. They were saying that our children haven't gone to school for years, and now over the radio it's been announced that our stores will have to be shut down because the Taliban don't want us to be here anymore. I honestly didn't know where they got my number from. Later they told me that the UN provided the WSO's contact, probably just to pass them off on to someone else. I was able to speak with Manmeet Singh Bhullar, and jo kaam Manmeet Singh Bhullar ne kita, oh naujawan, sanu bada dard hunda hai ki oh sade naal nahi hai ga. ਪਰ ਉਹਨੇ ਜੋ ਸਹਿਤਾ ਦੇ ਨਾਲ ਮਿਹਨਤ ਨਾਲ ਉਹ ਕੰਮ ਕੀਤਾ, ਅੱਜ ਉਸ ਪ੍ਰੋਵਿੰਸ ਦੇ ਜਿਹੜੇ ਸਿੱਖ ਨੇ ਉਹ ਬਚ ਗਏ, ਨਹੀਂ ਤਾਂ ਉਹਨਾਂ ਦੇ ਜੋ ਬੀਤਣੀ ਸੀ ਉਹ ਆਪਾਂ ਹੁਣ ਕਹਿ ਨਹੀਂ ਸਕਦੇ. ਤਾਲਿਬਾਨ ਉਸ ਪ੍ਰੋਵਿੰਸ ਨੂੰ ਤਕਰੀਬਨ ਕਾਬਜ਼ ਕਰ ਚੁੱਕਾ ਹੈ. ਹੁਣ ਅਸੀਂ ਸਰਕਾਰ ਦੇ ਨਾਲ ਕੰਮ ਕਰ ਰਹੇ ਹਾਂ ਕਿ ਉਹ ਜਿਹੜੇ ਅਫਗਾਨਿਸਤਾਨ ਤੋਂ ਆਏ ਨੇ ਪਰਿਵਾਰ ਜਾਂ ਹਲੇ ਉੱਥੇ ਹੀ ਨੇ, ਉਹਨਾਂ ਨੂੰ ਕਿਸੇ ਤਰੀਕੇ ਇੱਥੇ ਰੈਫਿਊਜੀ ਦੇ ਤੌਰ 'ਤੇ ਸੱਦਿਆ ਜਾਏ. ਅਤੇ ਇੱਥੇ ਤੁਹਾਡੇ ਸਾਰਿਆਂ ਦੀ ਲੋੜ ਹੈ. ਸਿੱਖ ਕਮਿਊਨਿਟੀ ਬੜੀ ਦਾਨੀ ਹੈ, ਭਾਵੇਂ ਹੇਟੀ ਦੇ ਵਿੱਚ, ਭਾਵੇਂ ਕਿਤੇ ਹੋਰ ਕੋਈ ਇੱਥੇ ਕੋਈ ਆਫਤ ਆ ਗਈ ਹੋਵੇ, ਅਸੀਂ ਪੈਸੇ ਖੁੱਲ੍ਹ ਕੇ ਦਿੰਦੇ ਹਾਂ. ਅੱਜ ਸਾਡੇ ਹੀ ਪਰਿਵਾਰ ਤਕਰੀਬਨ 200 ਅਫਗਾਨਿਸਤਾਨ ਤੋਂ ਆਪਾਂ ਹੁਣ ਕਹਿ ਸਕਦੇ ਜਿਹੜੇ ਆਉਣ ਲਈ ਤਿਆਰ ਨੇ, ਹਾਲੇ ਹੋਰ ਵੀ ਆ ਸਕਦੇ ਨੇ, ਉਹਨਾਂ ਦੀ ਮਦਦ ਦੀ ਲੋੜ ਆ. ਅਤੇ ਇਹ ਕਮਿਊਨਿਟੀ ਜਿਹੜੀ ਆ ਉਹ ਮਦਦ ਕਰੂਗੀ ਤਾਂ ਹੋ ਕੇ ਗੱਲ ਬਣ ਸਕਦੀ. ਸੋ ਬਾਹਰ ਜਿਹੜਾ ਟੇਬਲ ਆਇਆ, ਤੁਸੀਂ ਆਪਣੇ ਟੇਬਲ ਦੇ ਉੱਤੇ ਜਿਹੜੇ ਤੁਸੀਂ ਸਪੋਂਸਰ ਕਰਨ ਵਾਸਤੇ ਤਿਆਰ ਹੋ ਪਰਿਵਾਰ, ਸਪੋਂਸਰਸ਼ਿਪ ਬਾਰੇ ਵੀ ਕਈ ਜ਼ਿੰਮੇਵਾਰੀਆਂ ਨੇ. ਪੰਜ ਪਰਿਵਾਰ ਇਕੱਠੇ ਹੋ ਕੇ 20,000 ਕੰਟਰੀਬਿਊਟ ਕਰ ਤਾਂ ਇੱਕ ਪਰਿਵਾਰ ਸਪੋਂਸਰ ਹੁੰਦਾ. ਪਰ ਹਾਂ, ਜੇ ਤੁਸੀਂ ਕਹਿ ਸਕਦੇ ਹੋ ਕਿ ਬਈ ਜੇ ਅਸੀਂ ਰੈਂਟ ਤਕਰੀਬ 12 ਮਹੀਨੇ ਵਾਸਤੇ ਫ੍ਰੀ ਦੇਵਾਂਗੇ ਤਾਂ 12,000 ਉਹਦੇ ਵਿੱਚ ਘਟਾ, ਮਤਲਬ 8,000 ਰਹਿ ਜਾਂਦਾ ਹੈ. ਅਤੇ ਪੰਜ ਪਰਿਵਾਰਾਂ ਵਾਸਤੇ 8,000 ਕੁਛ ਨਹੀਂ ਹੈ. ਸੋ ਜੇ ਤੁਸੀਂ ਇੰਟਰਸਟਿਡ ਹੋ ਇਸ ਪ੍ਰੋਜੈਕਟ ਦੇ ਵਿੱਚ ਤਾਂ ਆਪਣਾ ਨਾਮ ਜ਼ਰੂਰ ਲਿਖੋ. ਮੈਂ ਦੇਖਦਾ ਮੇਰਾ ਵੀਰ ਰਣਦੀਪ ਸਿੰਘ ਸਰਾਏ ਇੱਥੇ ਪਹੁੰਚ ਚੁੱਕੇ ਨੇ ਅਤੇ ਉਹ ਵੀ ਬਹੁਤ ਸਾਡੀ ਮਦਦ ਕਰ ਰਹੇ ਨੇ ਇਸ ਇਸ ਬਾਰੇ. ਕਿਸੇ ਹੋਰ ਪੁੱਛਣਾ ਹੋਵੇ ਮੇਰੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ. ਨੈਕਸਟ ਟਾਈਮ ਆਊਟਰੀਚ. ਸੋ ਮੈਂ ਤਕਰੀਬਨ ਕੰਕਲੂਡ ਕਰਨ ਲੱਗਿਆ. ਆਊਟਰੀਚ ਬਾਰੇ ਗਗਨ ਕੌਰ ਨੇ ਕਾਫੀ ਕੁਛ ਦੱਸਿਆ ਕਿ ਸਿੱਖ ਯੂਥ ਲੀਡਰਸ਼ਿਪ ਇੰਸਟੀਟਿਊਟ ਅਤੇ ਕਾਰਨਰ ਗਰੁੱਪ ਇੱਕ ਹੋਰ ਇਨੀਸ਼ੀਟਿਵ 1 million ਰਾਈਜ਼ਿੰਗ. ਇਹ ਹੁਣ ਤਕਰੀਬਨ ਸਾਰੇ ਕੈਨੇਡਾ ਦੇ ਵਿੱਚ ਇਹ ਇਨੀਸ਼ੀਟਿਵ ਹੋ ਰਿਹਾ. ਵਟ ਵੀ ਕੈਨ ਇਨ ਵੈਨਕੂਵਰ ਜਸਟ ਅ ਫਿਊ ਈਅਰਸ ਅਗੋ ਹੈਜ਼ ਨਾਊ ਸਪ੍ਰੈਡ ਅਕ੍ਰੋਸ ਕੈਨੇਡਾ. ਵੀ ਹੈਵ 1 million ਰਾਈਜ਼ਿੰਗ ਇਨ Toronto, Calgary, Vancouver, Edmonton, Ottawa, which essentially is on Valentine's Day, WSO and Sikh volunteers go to women's shelters and give Valentine's cards, chocolates, roses, and just let people know there that they're remembered, that we're with you. And it helps raise awareness about violence against women. The new initiative that started is called the Sikh Family Helpline. ਸਿੱਖ ਫੈਮਲੀਆਂ ਜਿਹੜੀਆਂ ਨੇ ਜਿਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿੱਥੇ ਫੋਨ ਕਰ. ਕਈ ਵਾਰ ਆਪਾਂ ਦੂਸਰੀ ਕਮਿਊਨਿਟੀ ਦੀ ਜਿਹੜੀ ਹੈਲਪਲਾਈਨ ਆ ਜਾਂ ਉਹਨਾਂ ਦੀ ਸਰਵਿਸਿਸ ਦੇ ਕੋਲ ਜਾਂਦੇ ਹਾਂ ਉਹ ਸ਼ਾਇਦ ਨਾ ਸਮਝਣ. ਸੋ ਅਸੀਂ ਇਹੋ ਜਿਹੀ ਇੱਕ ਹੈਲਪਲਾਈਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਵਿੱਚ ਜਦੋਂ ਕੋਈ ਸਿੱਖ ਫੈਮਲੀ ਫੋਨ ਕਰੂ ਤਾਂ ਉਹਨਾਂ ਨੂੰ ਦੱਸਿਆ ਜਾਊਗਾ ਕਿ ਤੁਹਾਡੀ ਸਰਵਿਸ ਠੀਕ ਤਰ੍ਹਾਂ ਕਿਸ ਤਰ੍ਹਾਂ ਹੋ ਸਕਦੀ ਹੈ, ਕਿਹੜੀ ਜਗ੍ਹਾ ਤੁਸੀਂ ਜਾ ਕੇ ਆਪਣੀ ਹੈਲਪ ਲੈ ਸਕਦੇ. ਅਤੇ ਅੱਜ ਸਾਨੂੰ ਇਸ ਦੀ ਖਾਸ ਜ਼ਰੂਰਤ ਹੈ. ਇਹ ਸ਼ੁਰੂ ਟੋਰਾਂਟੋ ਦੇ ਵਿੱਚ ਹੋਊਗਾ, ਪਰ ਸਾਨੂੰ ਪੂਰੀ ਉਮੀਦ ਹੈ ਜਿਹੜਾ 1-800 ਨੰਬਰ ਉਹ ਸਾਰੇ ਕੈਨੇਡਾ ਦੇ ਵਿੱਚ ਚੱਲੂਗਾ. ਅਤੇ ਹੌਲੀ ਹੌਲੀ ਹਰੇਕ ਸ਼ਹਿਰ ਦੇ ਵਿੱਚ ਅਸੀਂ ਇਹ ਨੈਟਵਰਕ ਬਣਾ ਰਹੇ ਹਾਂ ਕਿ ਵੀ ਜਦੋਂ ਸਿੱਖ ਫੈਮਲੀ ਨੂੰ ਲੋੜ ਆ ਉਹ ਫੋਨ ਕਰੂਗੀ ਤਾਂ ਉਹ ਸਹੀ ਜਗ੍ਹਾ ਸਹੀ ਸੋਸ਼ਲ ਹੈਲਪ ਜਾਂ ਕਿਸੇ ਹੋਰ ਤਰ੍ਹਾਂ ਦੀ ਹੈਲਪ ਲਈ ਜਦੋਂ ਲੋੜ ਹੋਊਗੀ ਤਾਂ ਅਸੀਂ ਉਹਨਾਂ ਨੂੰ ਡਾਇਰੈਕਟ ਕਰ ਸਕਾਂਗੇ. ਸੋ ਆਮ ਗੋਇੰ ਟੂ ਕੰਕਲੂਡ ਵਿਦ ਵਾਟ ਸੁਖਪ੍ਰੀਤ ਸਿੰਘ ਆਸਕਡ ਮੀ ਟੂ ਸਪੀਕ ਅਬਾਊਟ, ਵਿਚ ਇਜ਼ youth empowerment, how I became involved, how youth in general can become involved. Sikh jede aa aaj Canada de jithe pahunche aa to sanu main keh rahi umeed vi si ki 30 saal pehla jo assi aina Canada de vich pahunch sakanga. Jis tarah House of Commons de vich 1984 bare statement ho rahi hai nekama ghat maru di ਜਿਹੜੀ ਅਪੋਲੋਜੀ ਹੈਗੀ ਆ ਵਿਸਾਖੀ ਉੱਥੇ ਮਨਾਈ ਗਈ ਹੈ. ਸਾਨੂੰ ਉਮੀਦ ਨਹੀਂ ਸੀ ਕਿ ਵੀ 17 ਸਾਡੇ ਐਮ ਪੀ ਉੱਥੇ ਬੈਠ ਸਕਣ ਦੇ. ਅਤੇ ਨੌਜਵਾਨ ਜਿਹੜੇ ਨੇ ਸਾਡੀ ਜਨਰੇਸ਼ਨ ਵਿੱਚੋਂ ਉਹ ਵੀ ਸਾਡੇ ਸਾਹਮਣੇ ਆ ਕਿ ਉਹ ਇੱਕ ਲੀਡਿੰਗ ਰੋਲ ਲੈ ਰਹੇ ਨੇ, ਭਾਵੇਂ ਉਹ ਰਾਜ ਗਰੇਵਾਲ, ਕੁਲਦੀਪ ਸਰਾਏ, ਤਨਦੀਪ ਸਿੰਘ ਬਹਿਣ, ਸੰਜੀਤ ਸਿੰਘ ਸੱਜਣ. ਇਹ ਕਿਸ ਤਰ੍ਹਾਂ ਹੋਇਆ? ਇਹ ਬੜੀ ਸਖ਼ਤ ਮਿਹਨਤ ਦੇ ਨਾਲ ਹੋਇਆ. ਮੈਂ ਆਪਣੀ ਗੱਲ ਕਰਦਾ ਕਿ ਬਈ ਜਦੋਂ ਮੈਂ ਛੋਟਾ ਸੀ ਨਾ, 16-17 ਸਾਲਾਂ ਦਾ, ਤਾਂ ਉੱਥੇ ਟੋਰਾਂਟੋ ਵਿੱਚ ਇੱਕ ਕੈਂਪ ਲੱਗਦਾ ਸੀ ਅਤੇ ਉਹ ਕੈਂਪ ਲਾਉਣ ਵਾਲੇ ਮੇਰੇ ਅਮਨਜੀਤ ਭੈਣ ਜੀ
ਜਿੰਦਰ ਸਿੰਘ ਸੰਧੂ ਉਸ ਕੈਂਪ ਦੇ ਵਿੱਚ ਕੌਣ ਜਾਂਦਾ ਸੀ ਉਹਨਾਂ ਦੇ ਨਾਮ ਹੈ ਹੁਣ ਪੂਰੇ ਸਾਰੇ ਤਾਂ ਨਹੀਂ ਮੈਂ ਲਿਖ ਸਕਦਾ ਪਰ ਉਸ ਕੈਂਪ 'ਚ ਮੈਂ ਵੀ ਗਿਆ ਨਵਦੀਪ ਸਿੰਘ ਵੀ ਗਿਆ ਰੂਬੀ ਸੋਤਾ ਜਿਹੜੀ ਹੈਗੀ ਆ ਉਹ ਵੀ ਐਮਪੀ ਉਹ ਵੀ ਉੱਥੇ ਜਾਂਦੀ ਰਹੀ ਆ ਜਗਮੀਤ ਸਿੰਘ ਸਾਰੇ ਅਸੀਂ ਉਹਨਾਂ ਕੈਂਪਾਂ 'ਚ ਜਾਂਦੇ ਰਹੇ ਹਾਂ ਉੱਥੇ ਸਾਨੂੰ ਮੈਂਟਰਸ਼ਿਪ ਮਿਲਦੀ ਸੀ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਸੀ ਸਿੱਖੀ ਦੀ ਵੀ ਗੱਲ ਹੁੰਦੀ ਸੀ ਸੋਸ਼ਲ ਇਸ਼ੂ ਦੀ ਵੀ ਗੱਲ ਹੁੰਦੀ ਸੀ ਇੱਕ ਇਨਕਿਊਬੇਟਰ ਆਪਾਂ ਕਹਿ ਸਕਦੇ ਹਾਂ ਜਿੱਥੇ ਸਾਨੂੰ ਤਿਆਰ ਕੀਤਾ ਗਿਆ ਕਿ ਵੀ ਤੁਸੀਂ ਲੀਡਰਸ਼ਿਪ ਅੱਗੇ ਜਾ ਕੇ ਤੁਸੀਂ ਕਰਨੀ ਹੈ ਕਮਿਊਨਿਟੀ ਵਾਸਤੇ ਯੂਥ ਐਮਪਾਵਰਮੈਂਟ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਰੇਅਰ ਹੀ ਕਹਿ ਸਕਦਾ ਜਿਹੜੇ ਤੋਂ ਛੱਡ ਕੇ ਜਦੋਂ ਆਪਾਂ ਯੂਥ ਕਈ ਵਾਰ ਆਪਾਂ ਦੇਖਦੇ ਹਾਂ ਅੱਗੇ ਕੀਤੇ ਹੋਏ ਨੇ ਤਾਂ ਉਹਨਾਂ ਕੋਲ ਅਸਲ ਤੌਰ ਤੇ ਪਾਵਰ ਕਈ ਵਾਰ ਨਹੀਂ ਦਿੱਤੀ ਜਾਂਦੀ ਜਾਂ ਫਿਰ ਕਈ ਵਾਰ ਉਹਨੂੰ ਪੋਲੀਟੀਕਲ ਤੌਰ ਤੇ ਵਰਤਿਆ ਜਾ ਰਿਹਾ ਹੁੰਦਾ ਆ ਪਰ ਇੱਕ ਮੈਂ ਕਹਿ ਸਕਦਾ WSO ਨਾਲ ਮੈਂ 9 ਸਾਲਾਂ ਤੋਂ ਜੁੜਿਆ ਹੋਇਆ ਤੇ ਜੋ ਮੈਂ ਦੇਖਿਆ ਕਿ ਵੀ ਕਿਸ ਤਰ੍ਹਾਂ ਯੂਥ ਨੂੰ ਅੱਗੇ ਲਿਆਂਦਾ ਜਾ ਰਿਹਾ ਸੁਖੇਰ ਤਰੀਕੇ ਨਾਲ ਉਹ ਪ੍ਰੋਸੈਸ ਤਕਰੀਬਨ ਇਸ ਸਾਲ ਮੁਕੰਮਲ ਹੋਈ ਜਦੋਂ ਸਾਡਾ ਨਵਾਂ ਪ੍ਰਧਾਨ ਇੱਥੇ ਦਾ ਨੌਜਵਾਨ ਤਕਰੀਬਨ 2/3 60-70% ਜਿਹੜਾ ਬੋਰਡ ਹੈਗਾ ਉਹ ਵੀ ਇੱਥੇ ਦੇ ਨੌਜਵਾਨ ਜਿਹੜੇ ਇੱਥੇ ਦੇ ਸਭ ਤੋਂ ਪ੍ਰੋਮਿਸਿੰਗ ਨੌਜਵਾਨ ਸੀਗੇ ਨਾ ਸਾਰੇ ਕੈਨੇਡਾ ਦੇ ਸਿਰਫ ਇੱਕ ਸੂਬੇ ਦੇ ਨਹੀਂ ਉਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਅਟਰੈਕਟ ਕਰਨ ਦੀ ਤੇ ਉਸ ਤਰ੍ਹਾਂ ਨਹੀਂ ਹੁੰਦਾ ਇਹ ਕਮਿਟਮੈਂਟ ਦੀ ਲੋੜ ਹੈ ਕਈ ਸਾਲਾਂ ਤੋਂ ਬਾਅਦ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਇੱਕ ਐਗਜ਼ਾਮਪਲ ਦੇ ਤੌਰ ਤੇ ਇੱਕ ਨੌਜਵਾਨ ਕੁੜੀ ਨੇ ਮੈਨੂੰ ਸਟੂਡੈਂਟ ਸੀਗੀ 2010 ਦੇ ਵਿੱਚ ਮੈਨੂੰ ਕੰਟੈਕਟ ਕੀਤਾ ਕਹਿੰਦੀ ਵੀਰ ਜੀ ਕਿ ਬਈ ਮੈਂ ਲਾਅ 'ਚ ਇੰਟਰਸਟਡ ਹੈਗੀ ਹਾਂ ਮੈਂ ਤੁਹਾਡੇ ਨਾਲ ਕੰਮ ਕਰ ਸਕਦੀ ਹਾਂ ਮੈਂ ਸ਼ੈਡੋ ਕਰ ਸਕਦੀ ਹਾਂ ਤੁਹਾਨੂੰ ਮੈਂ ਕਿਹਾ ਬਿਲਕੁਲ ਉਹ ਲੜਕੀ ਲਾਅ ਸਕੂਲ ਉਹਨੇ ਪੂਰਾ ਕੀਤਾ ਉਹ ਹੁਣ ਇੱਕ ਬਹੁਤ ਸੋਹਣੀ ਜੌਬ ਤੇ ਲੱਗੀ ਹੋਈ ਹੈ ਤੇ ਉਹ WSO ਦੇ ਬੋਰਡ ਤੇ ਵੀ ਹੈਗੀ ਇਸ ਤਰ੍ਹਾਂ ਕਈ ਐਗਜ਼ਾਮਪਲਾਂ ਨੇ ਕਿ ਵੀ ਮੈਂਟਰਸ਼ਿਪ ਉਹਨਾਂ ਨੂੰ ਸਮਾਂ ਦੇਣ ਦੀ ਲੋੜ ਹੁੰਦੀ ਹੈ ਤੇ WSO ਨੇ ਇਸ ਦੇ ਪੂਰੀ ਕਮਿਟਮੈਂਟ ਦਿਖਾਈ ਹੈ ਕਿ ਪੁਰਾਣੀ ਜਿਹੜੀ ਜਨਰੇਸ਼ਨ ਹੈਗੀ ਆ ਸਾਡੇ ਬਜ਼ੁਰਗ ਹੈਗੇ ਨੇ ਉਹ ਨਵੀਂ ਜਨਰੇਸ਼ਨ ਨੂੰ ਗਾਈਡ ਕਰਨ ਦੇ ਵਿੱਚ ਬੜੇ ਸਕਸੈਸਫੁਲ ਰਹੇ ਨੇ ਤੇ ਸਾਡੇ ਸਾਹਮਣੇ ਅੱਜ ਨਤੀਜਾ ਆ ਕਿ ਵੀ ਨੌਜਵਾਨ ਹੀ ਇਸ ਸੰਸਥਾ ਦੇ ਸਾਹਮਣੇ ਆਏ ਨੇ ਤੇ ਲੀਡ ਕਰ ਰਹੇ ਨੇ ਪਰ ਇਸ ਦੇ ਨਾਲ ਹੀ ਹੁਣ ਮੈਂ ਇੱਕ ਬੇਨਤੀ ਕਰਨ ਲੱਗਿਆ ਅਖੀਰ ਦੇ ਵਿੱਚ ਕਿ ਵੀ ਕਮਿਊਨਿਟੀ ਦੀ ਲੋੜ ਆ ਕਿ ਉਹ ਜੇ ਲੱਗਦਾ ਹੈ ਕਿ WSO ਸਹੀ ਦਿਸ਼ਾ ਤੇ ਚੱਲ ਰਹੀ ਹੈ ਇਹਨਾਂ ਦੇ ਕੰਮ ਸਹੀ ਨੇ ਸਾਡੀ ਸੰਸਥਾ ਦੇ ਕੰਮ ਵਧੀਆ ਨੇ ਤਾਂ ਸਪੋਰਟ ਦੀ ਬੜੀ ਲੋੜ ਹੈ ਜੇ ਮੈਂ ਚਾਰ ਕੰਦੇ ਜੇ ਨਾਰੇ ਲਾ ਦਾਂ ਮੈਂ ਥੋੜ੍ਹੀ ਹੋਰ ਥਾਂ ਗੱਲ ਕਰਨ ਲੱਗਿਆ ਨਾਰੇ ਲਾ ਦਵਾਂ ਗਰਮ ਦੀ ਗੱਲ ਕਰਦਾ ਮੈਨੂੰ ਪਤਾ ਹੈ ਕਿ ਮੈਂ ਪੈਸੇ ਦਾ ਢੇਰ ਮੈਂ ਜ਼ਰੂਰ ਇਕੱਠਾ ਕਰ ਸਕਦਾ ਕੋਈ ਇੰਨੀ ਗੱਲ ਨਹੀਂ ਹੈਗੀ ਪਰ ਸਾਡਾ ਕਦੇ ਨਾ ਤਰੀਕਾ ਰਿਹਾ ਤੇ ਨਾ ਕਦੇ ਅੱਗੇ ਹੋਊਗਾ ਪ੍ਰੂਫ ਇਜ਼ ਇਨ ਦਾ ਪੁਡਿੰਗ ਇੰਗਲਿਸ਼ ਦਾ ਕਹਾਵਤ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕੰਮ ਸਹੀ ਹੋ ਰਹੇ ਨੇ ਇਹ ਬਿਲਕੁਲ ਲੋੜ ਹੈ ਇਹਨਾਂ ਕੰਮਾਂ ਦੀ ਇਹ ਯੂਥ ਦੀ ਲੋੜ ਹੈ ਅੱਗੇ ਲਿਆਉਣ ਦੀ ਤੇ ਸਾਡਾ ਤਰੀਕਾ ਵੀ ਸਹੀ ਹੈ ਤਾਂ ਤੁਹਾਡਾ ਫਰਜ਼ ਇਹ ਬਣਦਾ ਹੈ ਕਿ ਸਾਡੀ ਮਦਦ ਕਰੋ ਮਦਦ ਕਿਸ ਤਰ੍ਹਾਂ ਦਸਵਾਤ ਤਾਂ ਚਲੋ ਹੈਗਾ ਹੀ ਹੈ ਸਾਡੀ ਕਮਿਊਨਿਟੀ ਦਾ ਜਿੰਨਾ ਪੈਸਾ ਆ ਕੋਈ ਗੁਰੂ ਸਾਹਿਬ ਨੇ ਤੋੜ ਨਹੀਂ ਸਾਨੂੰ ਜਿਹੜਾ ਦੇਖਣ ਦਿੱਤੀ ਪੈਸਾ ਤਾਂ ਬਹੁਤ ਆ ਪਰ ਦੂਸਰੀ ਲੀਡਰਸ਼ਿਪ ਦੇ ਵਿੱਚ ਤੁਸੀਂ ਆਪਣੇ ਨਿਆਣੇ ਵੀ ਭੇਜੋ ਸਾਡੀਆਂ ਬਾਹਾਂ ਖੁੱਲੀਆਂ ਨੇ ਕਿ ਵੀ ਤੁਹਾਨੂੰ ਲੱਗਦਾ ਤੁਹਾਡੇ ਨੌਜਵਾਨ ਇਨਵੋਲਵ ਹੋ ਕੇ ਕੋਈ ਪੋਜ਼ਿਟਿਵ ਕੰਟਰੀਬਿਊਸ਼ਨ ਕਰ ਸਕਦੇ ਉਹਨਾਂ ਨੂੰ ਮੈਂਟਰਸ਼ਿਪ ਦੀ ਲੋੜ ਹੈਗੀ ਹੈ ਤਾਂ ਜ਼ਰੂਰ ਉਹਨੂੰ ਸਾਡੇ ਕੋਲ ਭੇਜੋ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਮੈਂ ਖਿਮਾ ਦਾ ਚਾਚਕਾ ਜੀ ਬਾਹਰ ਅਸੀਂ ਤਾਂ ਕੱਟ ਰਹੇ ਨੇ ਤੇ ਜੇ ਤੁਹਾਨੂੰ ਵਾਂਸ ਗਿਆ ਲੱਗਦਾ ਹੈ ਕਿ ਵੀ ਵਰਥ ਵਾਇਲ ਕਾਸ ਨਹੀਂ ਇਸ ਸਿੱਖ ਯੂਥ ਲੀਡਰਸ਼ਿਪ ਇੰਸਟੀਟਿਊਟ ਵਰਥ ਵਾਇਲ ਕਮ ਬੈਕ ਦਾ ਜਿਹੜਾ ਕੇਸ ਹੈਗਾ ਕੋਰਟ ਆਫ ਅਪੀਲ ਹੈ ਵਰਥ ਵਾਇਲ ਤਾਂ ਜ਼ਰੂਰ ਆਪਣਾ ਯੋਗ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਬਲਪ੍ਰੀਤ ਸਿੰਘ ਦਾ ਸੋ ਹੁਣ ਮੈਂ ਬੇਨਤੀ ਕਰਾਂਗਾ We just have a short piece by Saint Soldier and I'd like to call him up on the stage and he's going to share some of his talent with us. So, most of all, we're going to talk about the name of Paisa Pai Makhbir Singh, who is the WSO, the National Pradhan. So, I'm going to talk about the name of Paisa Pai Makhbir Singh, who is the name of the program. So, I'm going to talk about the name of the program. ਸੋ ਇੱਕ ਪੀਸ ਹੋਗਾ ਮੇਰੇ ਵੀਰ ਸਿੰਘ ਸੋਲਜਰ ਇੱਥੇ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਅਤੇ ਉਸ ਤੋਂ ਬਾਅਦ ਵਿੱਚ ਭਾਈ ਮਨਵੀਰ ਸਿੰਘ ਜੀ ਅਤੇ
ਸਾਡੀ ਕਮਿਊਨਿਟੀ ਦੇ ਸਿਤਾਰੇ ਭਾਈ ਸਾਹਿਬ ਭਾਈ ਹਰਨਰਾਇਣ ਸਿੰਘ ਜੀ ਜੋ ਹਾਕੀ ਦੀ ਕਮੈਂਟਰੀ ਕਰਦੇ ਆ, ਉਹਨਾਂ ਦਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਨਮਾਨ ਕਰਨਾ. ਸੋ ਪਲੀਜ਼ ਸਟੇ ਟਿਊਨਡ, ਆਈ ਐਵਰੀਵਨਸ ਸ਼ੋਇੰਗ ਅ ਲੋਟ ਆਫ ਅਟੈਂਟਿਵਨੈਸ. ਸੋ ਆਈ ਲਾਈਕ ਟੂ ਕਾਲ ਅਪਨ ਮਾਈ ਬ੍ਰਦਰ ਹੇਅਰ ਸਿੰਘ ਸੋਲਜਰ, ਹੀ ਇਜ਼ ਗੋਇੰਗ ਟੂ ਸ਼ੇਅਰ ਹਿਸ ਟਾਈਮ ਵਿਦ ਅਸ. ਥੈਂਕ ਯੂ ਵੈਰੀ ਮਚ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Thank you, Sukhpreet Singh, and thank you, WSO, for inviting me here and allowing me to share my music with you guys. So before the first song, I wanted to share a spoken word piece, just some poetry. And I wrote this sitting under a coconut tree, so I call it Coconut Tree. It goes like this. Close your eyes and put aside your pride. As you enter your center, the mentor you need is indeed in your center. So heed his intent and you're never defeated. But concede at your center, repent and you will. The aim is restraining this brain and being still. So take what you will from the words I recite. They come from my center, the mentor dispense, and I say them despite if you like or resent them. I pen them with ink and I write with no thought, so don't care what you think. I don't flinch and this third eye don't blink. It stays open, I'm hoping you're soaking this in. Cause the game don't begin till the token is in. And you can press the start button but nothing will happen. Connect with the Buddhas and saints who be rapping. That happened to me in the past, man, I seen it. Devoted my life to this truth, now I'm being it. I live it, I love it, I give it my all. If I ever look back, then I pivot and fall. So I never look back, and I'm always going forward and upward and onward and never going slower. The more you think, the less you are present. That's why it's a gift, and some might call it heaven. At sixes and sevens, with tricks of the reverends and priests and the pastors who take you for fools, and you treat them like masters. Masters. But your master is one, like the earth has a sun. Your master is humble, so we should be too, like the nature of water. Bruce Lee said it too, and he's cool. And you're awesome too. Not to inflate your ego, but dwindle it down. Give me a hug when this Hindu's in town. The symbols are found on foreheads of those who are kings with no crowns. We don't hang with no crowds. I rap when I'm happy and sing when I'm down. So nothing that happens bringing me down. Your arms and your heart open to me. Close both your eyes when you're hoping to see. All of this wisdom was spoken to me as I wrote this rhyme under the coconut tree. So, I know we got a lot of history and we talked a lot about all the stuff that goes on with us, that went on with us in the past. But we do have a lot of issues today's society, within our community, that we need to work on. And gender equality is one of those. And when I learned a few years ago that our baby girls are being killed within the Sikh community, not only just in India and North America as well, but within the Sikh community it's happening too. And me and Sukhraj, we wrote the song, it's called Sister. Back home in the land I was born in 1984.
Assassinated soldier was sworn in. I've got a mission as a brother, as a young Sikh. As a lover of humanity, my tongue speaks, and it won't quit till my mission is complete. How many words can I fit on this one sheet? How many words can I fit on this one sheet? Hey, mister, that's my sister. Shoveled in the grave and nobody even kissed her. Hey, mister, that's my sister. The world's selfish, I can't help it. Honestly, it's been a while since I felt this way about the world. Would you listen to my sound? Ashes, ashes, we all fall down. I know how to wait, committing murder in the womb and getting away. And when I contemplate the problem, I get to the bottom. And now I find that at the bottom is awfully rotten. Cause we have falsified religion, the truth we've forgotten. And I will single out a coward as soon as it's bottom. Cause you think you have the right to break away at night, to sneak into the clinic and to take away a life of an unborn girl who would have prospered in this world. I bet she would have loved you, you hate one of her. The root of the problems you can't accept what you got. You can't accept that you brought her to this world. Kill my mother and father. Why do I bother? Lord help us. Play the cards that you dealt us. They mark kings every hand it seems. That doesn't mean they should be killing all the queens. I say, how many words can I fit on this one sheet? Hey, mister, that's my sister. Shoveled in the grave and nobody even kissed her. Hey, mister, that's my sister. I'm gonna do this last verse without the beat, so you guys hear me. Sister, sister, I wish I could have saved you. They cut off the umbilical and threw you in the grave. You were too young to die. Too young, but I mourn for all my sisters in case nobody missed you. It's a shame you didn't get a name, but you're burning in my heart like a candle flame. Can't handle the pain, but I can't hand the blame to this bullshit culture that panhandles for fame. Respect our women, let's love and protect them. Let's carry the weight and don't let it affect them. When you see somebody mistreat Wadissa, you better step in because she's your sister. Take it from soldier, the community is flawed, and it's time to fight back with unity and brawn, intellect and the guru on our side. No lie, we're unstoppable. Together, you and I. Stand up, my brothers. Let's clean up like Ponzo. Society is blind, let's take off that blindfold. Open up your eyes, it's the reason that I'm rhyming for. Fight for justice, trust that's what it's time for, but how many words can I fit on this one sheet? So I don't know how much time we have, but I have like one or two more tracks. More? Cool. Alright, so what do you want to hear? Straight or former suicide? Straight? Let's play it straight. I'm from Abbotsford. You guys know we have a lot of you guys are from Surrey, a lot of you, so you guys have it too. We got a lot of problems with our youth and gangs and in our neighborhood. We got shootings like way too often. And last November, in the middle of working on my album with DJ Hart, like literally a block away from us, there was a shooting where a 74-year-old man was gardening. A stray bullet went through his fence and killed him. 74-year-old man is like a grandfather. It was like a grandfather to everybody that died and caught that bullet. And so he wrote this song, it's called A Stray Dedication. Best of situations, but demons.
inside you knew it could have been worse. You were raised in the richest family on the block, but your mama always had 20s in her purse. And Papa wasn't around much, spent most of his time at work, trying to give you things he never had himself, but he never let you know your own worth. And the older boys kept coming around your block, acting like made men, showing you how to slang drugs, but you were only a grade 10. Yes, big rims, misplaced hate, or eight bends with great rims. In grade 12, your grades fell, but F school, cause you made 10 G's in a month. In the winter months, your best friend was gunned down. You poured out some liquor for him and said, that's just one down. Got the rundown on who did it before sundown. You move in it before sun up. You cruise in it to shoot back with some booze in it to numb the pain. Then slumber game, you one step closer to run the game. Side job at Best Buy, so your parents don't know how you hung the chain in the whip, in the clothes. But when we go to the great bra, we're stripped of those. The only thing that you think you is the shit that you chose to do with your time on this earth. And yes, I suppose that nobody taught you the meaning of life, so how the hell can I blame you? Whenever your family watch the news, you're paranoid that they'll name you. Dig up dirt and defame you. Dear brother, you can still change your ways and get out of the game before you pass away. Think of the cost of your actions before the wrong person might catch a stray. Shoulders is too great. The blood on your hands is your brother's. You took him away from his mother. You did it for money, you did it for drugs. Pitiful that you may never know love. Get rid of it or you may never know peace. Within you is God, get rid of the peace. Forgive all your flaws, forget all the beat. I love you, my brother, I sit on this beat. For you, it's true, I know you've done shit, but that's okay. Forgive yourself and change your way before the wrong person might catch a stray. The baby boy, shot and killed on New Year's Eve by a stray bullet. Thanks again to the Saint Soldier for that. Always a wonderful addition. Just the topics that are touched on, very emotional, very relevant. Thanks again, brother. Big round of applause for you. So, what I mean, Tikaraka, World Sikh Organization Day, Mok Sevadar, National President, Bhai Mukbir Singh, who Pehli Bari WSO de Canada de Jampal Nojwan de Seva Sabali hai. So, si sare inna di leadership de Seva kar rahe hain, aun wale do saal waste. So, I'd like to welcome him to BC and welcome him to the stage to say a few words to everyone that's gathered here today. I'd like to welcome Member of Parliament Sukh Dhaliwal and Randeep Singh Sarai also to the function. Thanks for coming out. And after Bhai Mukbir Singh, we're going to be honoring our own superstar, Hardrayan Singh from Hockey Night in Canada, Punjabi. And that'll be a wrap for the event. Bhai Mukbir Singh, Waheguru Ji Ka Khalsa, Waheguru Ji Ki Fatah. ਸਕਦਾ ਨਾਲ
you would join me in a round of applause to thank Mr. Amarpal Singh for his seva to the World Security Council. Shared her inspirational story with the Sangats there.
So I think it's important for the Canadian Sikh community to continue to remember these events, to continue to remember 1984. And we come together to honor the legacies of those that perished. And we continue to fight for those that were wronged. We remember those who fought so valiantly to shed light on these atrocities, such as by Jaswant Singh Kalra. We remember the thousands killed during the Indian Army's attack on the Barasab complex. And we will continue to remember this going forward. And when I came to BC, I wanted to bring two messages for a key constituency for our organization. One, our long-standing Sevadars, our uncles, our aunties, who have for so long shouldered this responsibility, and they've shouldered it with great enthusiasm and passion. And second, the youth. The future of this month and the reason we, the community, continue to invest so much in our institutions and organizations. To the long-standing Sevadars of Nuuyasu, Mordora communities, and community organizations, this new board will work with you at every step. Our work will build on the shoulders of our elders. But we ask you not to back away, but rather guide us from missteps and into the future. And to my younger brothers and sisters, currently in school or just recently graduated, and perhaps thinking about getting involved in the community, I come to you as someone who's been where you are now. I mean, this new board is made up of individuals who have gone through these steps. They started local Kingdom programs. They set up six students associations at their universities, teaching the basics of our faith to those that may not know about them, and various other community work. Know this, your efforts make a difference, and it provides the month with fresh new ideas and energy. So take this call to serve the month in any capacity possible. And I promise you, this work, it's worth it. Reflecting on our community standing today, it's important to recognize that Canadian Sikhs have made much progress in Canada, and especially now more than ever. Of note, we are proud to see Sikh MPs of all political stripes serving their constituencies and the country. Transcending politics, culture, and an increasing presence in the corporate makeup of our country, one of the key reasons for this remains the work that the World Sikh Organization of Canada does. We are a voice of reason, and we work day and night in protecting the interests of Canadian Sikhs. But work remains to be done, as we saw when our legal team went to the Quebec National Assembly in 2011 and were turned away for wearing the kaban. But hope remains, and we will continue to fight for the rights of the Sikh all. We will continue to make sure that the rights of our community are not trampled in Quebec. We will continue to fight for the safety of our brothers and sisters in Afghanistan, who long for safety and the rights that we here cherish in Canada. We will continue to counter any attempts to misrepresent the community with insidious motives. And with your support, we will hopefully do this together with the World Sikh Organization of Canada. Waheguru Ji Ka Khalsa, Waheguru Ji Ki Fateh. Waheguru Ji Ka Khalsa, Waheguru Ji Ki Fateh. Hey, son, by Singh Ji. I'll get you to just stay on stage here, Mukbir, as we call up Harnarayan Singh. Both dhanwaad hai, by Mukbir Singh, jo vishesh taur te Ottawa / Montreal to ithe pahunche is program waste. ਅਤੇ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਿਹੜੀ ਸਿੱਖਾਂ ਦੀ ਇਹ ਨੈਸ਼ਨਲ ਔਰਗਨਾਈਜੇਸ਼ਨ ਆ ਉਸ ਨੂੰ ਆਪਣੀ ਆਉਣ ਵਾਲੀ ਨਵੀਂ ਜਨਰੇਸ਼ਨ ਮੋੜੇ ਹੋ ਕੇ ਉਸ ਨੂੰ ਲੀਡ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਲਾਈਕ ਟੂ ਕਾਲ ਅਪਨ ਹਰਨਰਾਜ ਸਿੰਘ ਨਾਓ ਯੂ ਨੋ ਵਾਟ ਦੇ ਸੇ ਯੂ ਕੀਪ ਯੂਰ ਸਟਾਰਸ ਯੂਰ ਸੁਪਰ ਸਟਾਰਸ ਫਰ ਦੀ ਐਂਡ ਰਾਈਟ ਐਂਡ ਸੋ ਆਈ ਲਾਈਕ ਟੂ ਕਾਲ ਅਪਨ ਹਰਨਰਾਜ ਸਿੰਘ ਐਂਡ ਵੀ ਵਾਂਟ ਟੂ ਰੈਕਗਨਾਈਜ਼ ਹਿਮ ਆਨਰ ਹਿਮ ਫਾਰ ਹਿਸ ਸਰਵਿਸ ਟੂ ਦ ਕਮਿਊਨਿਟੀ service to the Punjabi language, and simply showing today's youth, today's the next generation of youth, Sikh youth,
that they can follow their dreams. And I shouldn't say just Sikh youth, they've shown all youth that regardless of what your background is, regardless of where you come from, Bharat Singh comes from a little town in Alberta called Brooks, Alberta, where him and his family were the only Sikh family in that town. And my own disclaimer, he's a personal friend of mine and my brother. And I'm very proud of what he's done, and the entire team at Omni, the Punjabi hockey team, of what they've done. And they've taken the Punjabi language, they've taken the Sikh identity, they've taken it across the globe, which is evident with the Benino call in this round of the playoffs going viral. And I think that was a proud moment for all of us. I'd like to a big round of applause as Harnarayan Singh. I also want to call upon Harnarayan Singh's wife, Sukhjeet Kaur, and their daughter, Bhakti Kaur. She's shaking her head. But I think it's important that we recognize them as a family. And I know Harnarayan does a lot of traveling, and he's away from his family quite a bit to pursue this. And so I'd like to call them up, please, Sukhjeet Kaur and Bhakti Kaur. Bhakti Kaur is Harnarayan Singh's little daughter. And I'd like to call upon Sukhjeet Singh. And also Rupi Kaur, who is the World Sikh Organization's Director of Administration, to please come up as we give this. Can we get up, please? And then I'll get Harnarayan Singh to also just to say a few words. But first, we'd like to give him this plaque. Bole Sonia. I think it's only fitting that we give him this Vancouver Canucks jersey, right? Sukhjeet Kaur is a big Calgary Flames fan, so not saying that's why we gave the Canucks jersey, but that may have something to do with it. Thanks again for coming out to this event, Harnarayan Singh. Could you please come and say a few words? Harnarayan Singh ji, Waheguru ji ka Khalsa, Waheguru ji ki Fateh. Parm Satkar Yog, Guru Rup Guru Khalsa, Sat Sangat ji Fateh, Pravan Guru ji, Waheguru ji ka Khalsa, Waheguru ji ki Fateh. This is such an honor. Sab to pehla, Akal Purakh Waheguru, Satguru Sri Guru Granth Sahib Ji Maharaj Ji da lakh lakh shukrana hai. Maharaj Ji vi apni baani de vich pramaan karde han, kaho nanak sab teri vadiyai, koi nao na jaane mera. So je das de vich koi gaun disde han, oh Satguru Maharaj Ji de han, te jehde mere vich aukan ne, oh mere apne hi han. And, you know, we've reflected upon so much of our history today. And one of the things that was brought up was the Kamagara Maru and the apology that the government recently gave. And my own family's personal history is related to this. My great-grandfather, Mere Parthadda Ji, 1908 de vich aaye si Canada. So my great-grandfather, Sardar Chanda Singh, he arrived on a ship after spending months and months. Kahi ne lage te o ship te aaye si 1908 de vich. Te jo unhan ne saade parivar de vich gaan gaan jo unhan ne dassya ki unhan samayan ch unhan naal ki hoya ki sama biteya Canada di dharti te. The stories that my great-grandfather has passed down to our, with our family, of how tough it was in the early 1900s. Una dena de vich Mackenzie King was the prime minister, the jo kush parliament de vich una dena ch bolya ja rya si sikhan bare, te jo kush aaj 2016 de vich bolya ja rya sikhan bare, jameen asman da farak, te eh sab Akal Purakh Waheguru Satguran di meher sadka hai, te all, of course, all of the efforts Guru Sikhan de vichon vart ke Maharaj jo eh kara rahe han. All of you have heard my story, I'm sure, and some people are probably tired of hearing it, but yes, it was my dream growing up in a small southern Alberta town to be a hockey commentator. Mera jehda zindagi da sukhna si hockey de pratha, do mere zindagi de vich interest rahe han, ek kirtan te ek hockey.
ਤੇ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਮਹਾਰਾਜ ਦਾ ਵੀ ਜਿਹੜੇ ਦੋਵੇਂ ਸੁਪਨੇ ਮਹਾਰਾਜ ਪੂਰੇ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ But a lot of people along the way, when I grew up in Brooks, they told me that this wouldn't be possible. It wouldn't be possible to be on TV, to be involved with Hockey Night in Canada. And this response was not only from Bade Likhe Gore, but it was also from our own community. And a lot of people said, ki tere varga ta koi dastarwa ta koi TV te aunda nahi, hockey de vich ta sare gore hi hai, tu kivein jaave, tu ye line chhad de, tu hor kuch soch. ਬੜਿਆਂ ਨੇ ਮੈਨੂੰ ਕਿਹਾ ਜਦੋਂ ਮੈਂ when I was going through school. But you know, now when you reflect upon, this is my ninth season, it's been such an unbelievable journey. It's fascinating that now we're at the stage through Rogers and Omni, the show has grown so much that we have people now working on our show who also grew up watching our show. So starting out, we have a young girl by the name of Amrit Gill. She used to watch the show when she was going to school, and now she's on the show. We have a youngster, Takdeer Singh, and he used to watch the show when he was younger, and now he's worked his way onto the show too. So it's opening doors within the broadcasting industry. And one of the things that I would like to touch upon is one of the more rewarding experiences for me is kind of the theme that some of the other speakers touched upon. ਜਦੋਂ ਮੌਕਾ ਮਿਲਦਾ ਸਕੂਲਾਂ 'ਚ ਜਾ ਕੇ ਵਿਦਿਆਰਥੀਆਂ ਨਾਲ ਗੱਲਾਂ ਬਾਤਾਂ ਕਰਨ ਦਾ ਉਹਨਾਂ ਨੂੰ ਉਤਸ਼ਾਹ ਦਿਵਾਉਣ ਦਾ I really find that a rewarding experience going to schools and being able to tell kids that it doesn't matter, just as Supreet Singh was saying, if it doesn't matter where you're from, what language you speak, how you look, you can be proud of who you are in this country. ਕਈ ਸਮੇਂ ਅੱਗੇ ਲੰਘ ਚੁੱਕੇ ਹਨ ਜਦੋਂ ਗੱਲਾਂ ਬਾਤਾਂ ਹੁੰਦੀਆਂ ਸੀ ਵੀ ਜੌਬ ਲੈਣ ਵਾਸਤੇ ਤੁਹਾਨੂੰ ਕੇਸ ਕੱਟਣੇ ਪੈਣੇ ਆ ਉਹ ਸਾਰੇ ਸਮੇਂ ਲੰਘ ਗਏ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਜਿਹੜੀਆਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਹੈਗੀਆਂ ਉਹ ਤਾਂ ਚਾਹੁੰਦੀਆਂ ਹਨ ਵੀ ਸਾਡੇ ਕੋਲ ਵੱਖਰੇ ਰੂਪ ਦੇ ਵਿੱਚ ਸਿੱਖ ਸਰੂਪ ਦੇ ਵਿੱਚ ਆ ਕੇ ਪ੍ਰੋਫੈਸ਼ਨਲ ਆਉਣ ਅਤੇ ਉਹ ਸਾਡੇ ਨਾਲ ਕੰਮ ਕਰ ਸਕਣ You know, my personal success, it wouldn't be possible without the support of a team. Originally, CBC started this initiative, and now with the support of Rogers Omni, I think everyone in the community has seen how amazing the show has grown and to what it's become today. With the support of Rogers and Omni, now we have a full pre-game show, a post-game show. We have amazing facilities. We have a social media exposure and reach that we haven't had before. It wouldn't be right for me to stand here and accept this amazing award without acknowledging my colleagues. And first of all, our producer, Nathan Sekong, and then, of course, Bhupinder Singh Hundo, who's here today, and I know he attends these events every year. Everybody, Bhupinder Singh Hundo, everybody in Lower Mainland BC, especially and across Canada, you guys are familiar with the work he's done for the community as well. And then we have Randeep Janda, Harpreet Pandey, Amrit Gill, the full team. Everybody brings something very unique to the table, and that's why we've been able to grow so much and have so much success this year. First, I would also like to thank, obviously, the World Sick Organization for everything that you guys are doing. First and foremost, as Supreet said, that we are friends and we share a bond like brothers. And something that people might not know, ਜਦੋਂ ਸਾਨੂੰ ਕਈ ਵਾਰੀ ਮੁਸ਼ਕਲਾਂ ਆਈਆਂ ਪਿਛਲੇ ਪਹਿਲੇ ਸਮਿਆਂ ਦੇ ਵਿੱਚ ਹਾਕੀ ਨਾਈਟ ਇਨ ਕੈਨੇਡਾ ਜਦੋਂ ਪ੍ਰੋਗਰਾਮ ਚੱਲਦਾ ਸੀ ਉਹ ਸੁਖਪ੍ਰੀਤ ਨੇ ਮੈਨੂੰ ਸਮਝਾਇਆ ਸੀ ਵੀ ਇਹ ਇਕੱਲੇ ਟੀਵੀ ਸ਼ੋਅ ਜਾਂ ਹਾਕੀ ਸ਼ੋਅ ਨਹੀਂ ਹੈਗਾ ਇਹਦੇ ਨਾਲ ਬਹੁਤ ਕੁਛ ਹੋ ਰਿਹਾ ਅਤੇ ਕਮਿਊਨਿਟੀ ਵਾਸਤੇ ਸਿੱਖਾਂ ਵਾਸਤੇ ਮਾਣ ਅਤੇ ਸ਼ਾਨ ਦੀ ਗੱਲ ਹੈ ਅਤੇ ਜਦੋਂ ਸਾਨੂੰ ਮੁਸ਼ਕਲਾਂ ਆਈਆਂ ਸੁਖਪ੍ਰੀਤ ਵਾਸ ਦਾ ਫਸਟ ਪਰਸਨ ਟੂ ਰੀਚ ਆਊਟ ਐਂਡ ਟ੍ਰਾਈ ਟੂ ਇਨੀਸ਼ੀਏਟ ਦ ਕਮਿਊਨਿਟੀ ਦਾ ਦੈਟਸ ਮੇਕ ਸ਼ੋਰ ਦੈਟ ਦਿਸ ਸ਼ੋਅ ਸਟੇਜ਼ ਔਨ ਫੋਰ ਦ ਫਿਊਚਰ ਸੋ ਆਈ ਰੀਅਲੀ ਅਪਰੀਸ਼ੀਏਟ ਦੈਟ ਦੈਟ ਯੂ ਹੈਵ ਆਲਵੇਜ਼ ਸਪੋਰਟਡ ਦ ਸ਼ੋਅ ਐਂਡ ਮੀ ਫਰੋਮ ਡੇ ਵਨ You know, ਜੇ ਸਾਡਾ ਪਰਿਵਾਰ ਜੇ ਅਸੀਂ ਮਹੀਨੇ ਹਰੇਕ ਮਹੀਨੇ WSO ਨੂੰ ਦਾਨ ਕਰਦੇ ਹਾਂ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਦੀ ਮਿਹਰ ਸਦਕਾ ਹੈ ਬਟ ਆਈ ਆਲਸੋ ਵਾਂਟ ਟੂ ਸੇ ਇਫ ਇਟ ਵਾਜ਼ਨਟ ਫੋਰ ਬਲਪ੍ਰੀਤ ਸਿੰਘ ਐਂਡ ਵਾਟ ਬਲਪ੍ਰੀਤ ਸਿੰਘ ਇਜ਼ ਡੂਇੰਗ ਵੀ ਵੁਡਨਟ ਬੀ ਸਪੋਰਟਿੰਗ WSO ਵੀ ਵੁਡਨਟ ਬੀ ਸੋ impressed by what's going on. Bhupinder Singh is an inspiration for, I think, everybody in Canada. Sikh Surup de vich ohna ne jo praptiyan te jo kuch kar rahe ne Sikh community waste. I feel like Bhupinder Singh should be getting this award. Don't you think so? I think it's amazing what he's doing.
the nominal, I would like to thank, of course, my wife and daughter, Sukhdeep Kaur, Parjit Kaur, but also for sure my parents, Jay Minu, Gurmani Parni, Punjabi, Bohani, Nasa Konde, Italy Pase Nasa Konde. I can really ask that we ਜੇ ਸਿੱਖੀ ਸਰੂਪ ਚ ਨਾ ਹੁੰਦੇ ਜਾਂ ਪੰਜਾਬੀ ਪੜ੍ਹਨੀ ਲਿਖਣੀ ਨਾ ਆਉਂਦੀ ਹੁੰਦੀ ਮਾਂ ਪਿਤਾ ਨੇ ਨਾ ਸਿਖਾਇਆ ਹੁੰਦਾ ਤੇ ਮੇਰਾ ਜਿਹੜਾ ਇਹ ਹਾਕੀ ਦਾ ਵੀ ਸੁਪਨਾ ਸੀ ਉਹ ਨਹੀਂ ਸੀ ਪੂਰਾ ਹੋਣਾ ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਮੇਰੀ ਜ਼ਿੰਦਗੀ ਦੇ ਵਿੱਚ ਐਂਡ ਯੂ ਨੋ ਦੇਰ ਆਲਵੇਜ਼ ਅਕੋਮੋਡੇਟਿੰਗ ਵੈਨਐਵਰ ਆਈ ਨੀਡ ਟੂ ਟਰੈਵਲ ਐਟ ਵੈਰੀ ਸ਼ੋਰਟ ਨੋਟਿਸ Sukhpreet Singh, I'm going to speak very briefly here because coffee sama ho chuka sare nu baithe nu but Sukhpreet Singh ji ne benti kiti si ki the theme of the show today is of the program today, to use the same show I guess so aaj da jehda manorath hai ja maqsad hai ki apan yaad karna pichle samay ch ki hoya but also jehde apne youth te leadership hai te ohde bare vi apan prachar rakhni hai hi And so, ਮੈਂ ਜਦੋਂ ਕੁਝ ਸਮਾਂ ਮੈਂ ਸੋਚਿਆ ਵੀ ਇਹ ਇਹਨਾਂ ਜਿਹੜੇ ਟੌਪਿਕ ਹੈਗੇ ਜਿਹੜੇ ਪੱਖ ਹੈਗੇ ਇਹਨਾਂ ਬਾਰੇ ਜਦੋਂ ਮੈਂ ਸੋਚਿਆ ਮੇਰਾ ਦਿਮਾਗ ਇਸ ਤਰ੍ਹਾਂ ਸੋਚਣ ਲੱਗ ਗਿਆ ਵੀ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਆਗੂ ਸੀਗੇ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਲੀਡਰ ਸੀਗੇ ਉਹਨਾਂ ਨੂੰ ਕਾਮਯਾਬੀ ਇਤਨੀ ਕਿਵੇਂ ਮਿਲੀ ਤੇ ਅੱਜ ਫਿਰ ਕੀ ਫਰਕ ਹੈਗਾ Why were the leaders in Sikh history so successful? And why was there ekta in the panth back then? And when I started to reflect upon this, one of the answers that came to me, yaad rakhna main aap ji da bachcha ja aap ji da bhra hega jehde vi youth baithe hai ja satkar jo syane bujurg vi baithe ne main aap ji da bachcha I'm just your kid so jo kuch main itthe keh reha eh pura 100% sahi vi nahi hona kyunki main haje sikh reha but when you look at Baba Banda Singh Bahadur. When you look at our history, Baba Deep Singh Ji, those leaders at that time, unna nu kamyabi kitni kaaton mili te oho sara panth unna de piche unna de magar magar kaaton si. Banda Singh Bahadur Ji, Baba Banda Singh Bahadur Ji, pehla Malo Das Vairagi san. Baba Deep Singh Ji, ਜਿਹੜੇ ਪੁਰਾਣੇ ਪੁਰਾਣੇ ਮਹਾਂਪੁਰਸ਼ ਵੀ ਹੋਏ ਹੈ ਉਹ ਸਾਡੇ ਸਿੱਖ ਕੌਮ ਦੇ ਆਗੂ ਵੀ ਹੋਏ ਪਰ ਉਹਨਾਂ ਦਾ ਪਿਛੋਕੜ ਕੀ ਸੀ ਉਹਨਾਂ ਦੀ ਜਿਹੜੀ ਜਥੇਦਾਰੀ ਸੀ ਲੀਡਰਸ਼ਿਪ ਵੇਅਰ ਡਿਡ ਦੈਟ ਲੀਡਰਸ਼ਿਪ ਕਮ ਫਰਮ ਹਾਊ ਕਮ ਦੇ ਵਰ ਸੋ ਸਕਸੈਸਫੁਲ ਐਂਡ ਹਾਊ ਕਮ ਐਵਰੀਬਾਡੀ ਵਿਦਆਊਟ ਕੁਐਸਚਨ ਫਾਲੋਡ ਦੈਮ ਐਂਡ ਵੀ ਹੈਡ ਵਨ ਪੰਥ ਟੁਗੇਦਰ ਦੋਸ ਲੀਡਰਸ ਵਰ ਅਮੇਜ਼ਿੰਗ ਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਫਰਮ ਵਾਟ ਆਈ ਕੈਨ ਰਿਫਲੈਕਟ ਔਨ ਦੈਟ ਲੀਡਰਸ਼ਿਪ ਸਟਾਰਟਸ ਵਿਦਇਨ ਦ ਹੋਮ each and every home, our families. You know, I really feel that there's two paths within Sikhism and they're both needed. Do marg hai in Sikhi de vich jithon tak main zindagi da experience kita hai ga ek ta hai ga apna aatma da marg te ek hai ga pantrik marg. Donnan di bahut zyada zarurat hai ek dooje to bina sakda nahi. Par je apan kalla hi pantrik je kalle pantrik soch rakhiye ਆਤਮਾ ਵਾਲੀ ਮਾਰਗ ਤੋਂ ਬਿਨਾਂ ਤਾਂ ਫਿਰ ਆਪਾਂ ਨੂੰ ਕਾਮਯਾਬੀ ਆਪਾਂ ਦੂਰ ਹੀ ਰਹਿ ਜਾਣਾ ਸੋ ਵਾਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਦੈਟ ਦੇਰਸ ਅ ਪਾਥ ਆਫ ਸਪਿਰਚੁਅਲਿਟੀ ਸਿੱਖਿਜ਼ਮ ਦੇਰਸ ਦ ਪਾਥ ਫਾਰ ਆਰ ਸੋਲ ਐਂਡ ਦੇਰਸ ਦ ਪਾਥ ਫਾਰ ਆਰ ਪੰਥ ਦ ਖਾਲਸਾ ਪੰਥ ਬਟ ਦ ਲੀਡਰਸ਼ਿਪ ਬਿਗਿਨਸ ਇਨ ਆਰ ਹੋਮਸ ਹਾਊ ਮੱਚ ਟਾਈਮ ਡੂ ਵੀ ਐਜ਼ ਅ ਫੈਮਿਲੀ ਟੁਗੇਦਰ ਸਿਟ ਡੂਇੰਗ ਰਹਿਣਾ ਸਦਾ ਪਾਠ ਔਰ ਸਿਮਰਨ ਟੁਗੇਦਰ Do we nowadays have conversations with each other? Jede bacche ne jede bujurg ne sare jane aapa sochiye vi aapa ik dooje nu dost mitra de saal naal ja bhaina bhraavan de saal naal ik dooje nu aapa puchde ha ki veer ji kis tarah chal reha aap ji da nitne ja thode parivar de vich aapa ikatthe bijo ik dooje de ghar jaiye ve aapa 5 mint pehla sabrand kar liye leadership ਉਹਨਾਂ ਦਾ ਮੈਂ ਸੋਚ ਰਿਹਾ ਜਿਹੜੇ ਪੁਰਾਣੇ ਲੀਡਰ ਸੀਗੇ ਪੁਰਾਣੇ ਆਗੂ ਪੁਰਾਣੇ ਜਥੇਦਾਰ ਉਹਨਾਂ ਦੀ ਜਿਹੜੀ ਸਿੱਖੀ ਹੈ ਉਹ ਇੱਥੋਂ ਸ਼ੁਰੂ ਹੋਈ ਐਂਡ ਯੂ ਨੋ ਵਨ ਆਫ ਦ ਥਿੰਗਸ ਦੈਟ ਆਈ ਰੀਲੀ ਵਾਂਟ ਟੂ ਟੱਚ ਅਪਨ ਇਜ਼ ਫਾਰ ਅਸ ਟੂ ਬੀ ਸਕਸੈਸਫੁਲ ਇਨ ਦ ਪ੍ਰੋਫੈਸ਼ਨਲ ਵਰਲਡ ਐਂਡ ਵੀ ਆਰ ਸੀਇੰਗ ਟੂਡੇ ਦੈਟ ਥੀਸ ਅਮੇਜ਼ਿੰਗ ਲੀਡਰਸ਼ਿਪ ਇੰਸਟੀਟਿਊਟਸ ਦੈਟ ਦ ਵਰਲਡ ਸਿੱਖ ਆਰਗੇਨਾਈਜੇਸ਼ਨ ਇਜ਼ ਡੂਇੰਗ ਆਈ ਥਿੰਕ ਥਿਸ ਇਜ਼ ਵੈਰੀ ਵਾਈਟਲ ਇਟਸ ਵੈਰੀ ਨੀਡਿਡ ਬਟ Sometimes apana
ਸ਼ਾਇਦ ਮੈਂ ਗਲਤ ਹੋਵਾਂ ਪਰ ਆਪਾਂ ਕਈ ਵਾਰੀ ਨਾ ਵਿੱਚ ਲਕੀਰ ਡਿਵਾਈਡ ਕਰ ਦਿੱਤੀ ਵੀ ਜਿਹੜੇ ਬੱਚੇ ਸੰਥਿਆ ਲੈਂਦੇ ਕੀਰਤਨ ਕਰਦੇ ਆ ਜਾਂ ਸਿਮਰਨ ਕਰਦੇ ਆ ਉਹ ਥੋੜ੍ਹੀ ਜਿਹੀ ਵੱਖਰੀ ਲਾਈਨ ਹੋ ਗਈ ਅਤੇ ਜਿਹਨਾਂ ਨੇ ਪ੍ਰੋਫੈਸ਼ਨਲ ਲਾਈਨ ਚੁਣਨੀ ਆ ਉਹ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਤੌਰ 'ਤੇ ਪੜ੍ਹਾਈ ਗਈ ਅਤੇ ਥੋੜ੍ਹੇ ਜਿਹੇ ਵੱਖਰੇ ਵੱਖਰੇ ਹੋਈ ਜਾ ਰਹੇ ਨੇ ਪਰ ਵਨ ਥਿੰਗ ਜੇ ਆਪਾਂ ਕੋਸ਼ਿਸ਼ ਕਰੀਏ ਇਸ ਚੀਜ਼ ਬਾਰੇ ਥੋੜ੍ਹਾ ਜਿਹਾ ਧਿਆਨ ਰੱਖੀਏ ਵੀ ਜੇ ਦੋਨੋਂ ਚੀਜ਼ਾਂ ਇੱਕ ਹੋ ਜਾਣ ਵੀ ਜਿਹੜਾ ਵੀ ਪ੍ਰੋਫੈਸ਼ਨਲ ਬੰਦਾ ਵੀ ਸੋਚ ਰਿਹਾ ਵੀ ਮੈਂ ਡਾਕਟਰ ਵਕੀਲ ਬਣਨਾ ਚਾਹੁੰਦਾ ਹੁਣ ਬਲਪ੍ਰੀਤ ਸਿੰਘ ਜੀ ਬੈਠੇ ਨੇ ਇਹਨਾਂ ਨੂੰ ਇੰਨੀ ਕਾਮਯਾਬੀ ਮਿਲ ਰਹੀ ਹੈ ਸਿੱਖ ਕਮਿਊਨਿਟੀ ਦੀ ਮਾਨ ਸ਼ਾਨ ਪਰ ਜੇ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਧਰਮ ਨਾ ਹੁੰਦਾ ਜੇ ਗੁਰੂ ਮਹਾਰਾਜ ਦੀ ਸਹਾਇਤਾ ਇਹਨਾਂ ਨੂੰ ਮਿਲ ਰਹੀ ਹੈ ਕਿਉਂਕਿ ਇਹਨਾਂ ਦੇ ਆਪਣੇ ਘਰ ਦੇ ਵਿੱਚ ਇਹਨਾਂ ਦੇ ਆਪਣੇ ਮਨ ਦੇ ਵਿੱਚ ਮਹਾਰਾਜ ਪ੍ਰਤੀ ਸ਼ਰਧਾ ਗੁਰਬਾਣੀ ਦਾ ਜਿਹੜਾ ਅਭਿਆਸ ਹੈ ਸਿਮਰਨ ਉਹ ਆਪ ਖੁਦ ਕਰਦੇ ਕਰਕੇ ਹੀ ਸਾਰਾ ਕੁਛ ਇਹ ਹੋ ਰਿਹਾ ਸੋ ਇਹ ਜਿਹੜੀ ਚੀਜ਼ ਹੈ ਦੋਨੋਂ ਚੀਜ਼ਾਂ ਨਾਲ ਨਾਲ ਚੱਲਣੀਆਂ ਚਾਹੀਦੀਆਂ ਹਨ ਸੋ ਇਸ ਗੱਲ ਦਾ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਆਪਾਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਵੀ ਨਿਗਾਹ ਮਾਰੀਏ ਵੀ ਆਪਾਂ ਇਕੱਠੇ ਬੈਠ ਕੇ ਕਿੰਨਾ ਕੁ ਸਿੱਖੀ ਬਾਰੇ ਸਿਮਰਨ ਬਾਰੇ ਨਿਤਨੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੱਕ ਦੂਜੇ ਦੇ ਨਾਲ ਸੋ ਆਪਾਂ ਨੂੰ ਕਾਮਯਾਬੀ ਵੀ ਤਾਂ ਹੀ ਗਾਂਹ ਜਾ ਕੇ ਮਿਲਣੀ ਹੈ ਏਕਤਾ ਵੀ ਤਾਂ ਹੀ ਜਾ ਕੇ ਹੋਣੀ ਹੈ ਜਾਂ ਆਪਾਂ ਜੇ ਆਪਾਂ ਇਕੱਠੇ ਬੈਠ ਕੇ ਸਿੱਖੀ ਵਾਲੀਆਂ ਇਹ ਜਿਹੜੇ ਸਿਧਾਂਤ ਹੈਗੇ ਨੇ ਉਹ ਵੀ ਨਾਲ ਨਾਲ ਤੋਰੀਏ ਆਈ ਨੋ ਦੇਰ ਆਰ ਲੋਟ ਆਫ ਪੀਪਲ ਵੀ ਹੈਵ ਅ ਲੋਟ ਆਫ ਐਗਜ਼ਾਮਪਲਸ ਇਨ ਦ ਰੂਮ ਟੂਡੇ ਰਣਦੀਪ ਸਰਾਏ ਜੀ ਦੇਰ ਸੋ ਮੈਨੀ ਪੀਪਲ ਹੇਅਰ ਟੂਡੇ ਹੂ been able to find that balance of the Atma, the Marg, and the Pantak Marg together. But it's not Sokhi Galani Hagi. Maharaj Kirpa Karan, Jo Kush Mai Bhi Bolya, Mai Bhi Is Inna Vachana Te Pura Utar Saka. So I'm very, very thankful to everyone for your support. And lastly, I just want to end off by saying, me receiving this honor and this award, it's because of you. It's because of the community. Had the community not supported the show from day one, and as you do today from watching it and supporting it, you know, we wouldn't be here today. So eh sari community da eh bahut maan wali gall hai. Punjabi is the third most spoken language now in Canada, and I feel so grateful to everyone, my colleagues, the Sangat and World Sikh Organization. So Preet Singh ji, so inna kush kehnda hoya main bahut hi khima da jaachak haan bhulna chukka di khima. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਹਰਨਾਰਾਇਣ ਸਿੰਘ ਦਾ ਹੂਜ਼ ਸਪੋਕ ਵੈਰੀ ਐਲੋਕੁਐਂਟਲੀ ਨੋ ਇਟ ਡਸ ਐਂਡ ਆਲਵੇਜ਼ ਸੋ ਮਚ ਟੂ ਲਰਨ ਫਰਮ ਹਿਮ ਐਂਡ ਵੀ ਥੈਂਕ ਯੂ ਵਾਂਸ ਅਗੇਨ ਫਰ ਕਮਿੰਗ ਟੂ ਦੀ ਇਵੈਂਟ ਐਂਡ ਸ਼ੇਅਰਿੰਗ ਦੈਟ ਮੈਸੇਜ ਵਿਦ ਅਸ ਐਂਡ ਥੈਂਕ ਯੂ ਭੁਪਿੰਦਰ ਐਜ਼ ਵੈਲ ਫਰ ਕਮਿੰਗ ਆਊਟ ਸੋ ਹੁਣ ਪ੍ਰੋਗਰਾਮ ਦੀ ਆਲਮੋਸਟ ਆ ਗਈ ਹੈ ਬਸ ਆਪਾਂ 50-50 ਦੀ ਜਿਹੜੀ ਟਿਕਟ ਕੱਢਣੀ ਆ ਕਿ ਉਹ ਕਿਹਨੂੰ ਜਾਣੀ ਆ ਤਕਰੀਬਨ 700 ਮੇਰੇ ਖਿਆਲ ਨਾਲ 700 ਕੁਛ ਡਾਲਰ ਬਣੇ ਸੀ ਉਹਦਾ ਹਾਫ ਬਣਿਆ ਸੀ 360 ਡਾਲਰ ਸੋ ਜਿਹਦੀ ਟਿਕਟ ਨਿਕਲੂਗੀ 360 ਡਾਲਰ ਉਹਨਾਂ ਨੂੰ ਬਹਿਣਗੇ ਸੋ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਲਬਰਟਾ ਤੋਂ ਅਤਿ ਸਤਿਕਾਰਯੋਗ ਰਾਮ ਰਣਵੀਰ ਸਿੰਘ ਜੀ ਚਾਹਲ ਜੋ WSO ਦੇ ਇੰਟਰਨੈਸ਼ਨਲ ਪ੍ਰਧਾਨ ਰਹਿ ਚੁੱਕੇ ਹਨ ਪਿਛਲੇ ਸਮੇਂ ਦੇ ਵਿੱਚ ਕਿ ਉਹ ਜ਼ਰੂਰ ਆ ਕੇ ਉਹ ਸਾਡੇ ਨਾਲ ਉਹ ਨੰਬਰ ਕੱਢੂਗੇ 50-50 ਦਾ ਸੋ ਅਤੇ ਮੈਂ ਰੈਕਗਨਾਈਜ਼ ਕਰਨਾ ਚਾਹਾਂਗਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਸਾਡੇ ਆਨਰੇਬਲ ਮਿਨਿਸਟਰ ਹਨ ਰਣਦੀਪ ਸਿੰਘ ਰੈਂਸ ਉਹਨਾਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ 'ਤੇ ਬਲਵਿੰਦਰ ਕੌਰ ਅਤੇ ਹਰਵਿੰਦਰ ਕੌਰ ਇੱਥੇ ਪਹੁੰਚੇ ਹਨ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਇਸ ਪ੍ਰੋਗਰਾਮ 'ਤੇ ਪਹੁੰਚਣ ਦਾ ਇਸ ਦੇ ਨਾਲ ਨਾਲ ਤੁਹਾਡੇ ਟੇਬਲਸ 'ਤੇ ਈਮੇਲਸ ਦੇ ਫੋਰਮ ਪਏ ਆ ਉਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਭਰ ਕੇ ਜਾਣੇ ਅਤੇ ਈਮੇਲ ਕੰਟੈਕਟ ਫੋਰਮ We'd like to request everyone to please fill that out. That way we can keep in touch with our newsletter and you can keep up with what their regular ongoings of the World Tech Organization. So I'd like to call up our very respected Bhairav Singh Ji Chal. He's going to pick the 50-50 draw for us. $360 is what's going to be going to the winner. So we'll call the number here.
837352. We have that number, 837352. Come on up, big round of applause. I don't know Luigi's name, but I know he's an auxiliary member of the Surrey RCMP, and congratulations. So that was a flossing, Danila, and